ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਜੀ ਕਿੰਜਾਵਾ ਪਰਦੇਸ਼, ਤੇ ਮੈਂ ਹਮਨਦੀਪ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਚ ਹੋਣਗੇ। ਸੋ ਖਾਸ ਸ਼ੋਅ ਹੈ, ਖਾਸ ਮਹਿਮਾਨ ਫਿਰ ਤੋਂ ਨਾਲ ਜੁੜੇ ਨੇ। ਨੈਵੀਗੇਟਰਸ ਤੋਂ ਮੇਰੇ ਨਾਲ ਨੇ ਜੀ ਮੈਡਮ ਵੀਨਾ ਜੀ। ਮੈਡਮ ਹੁਣਾਂ ਦਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ। ਜੀ ਠੀਕ ਠਾਕ ਹੋ ਮੈਡਮ? ਬਿਲਕੁਲ ਜੀ। ਸੋ ਦਰਸ਼ਕ ਸਾਡੇ ਨਾਲ ਜੁੜ ਸਕਦੇ ਨੇ ਜੀ ਸਕਰੀਨ ਦੇ ਹੇਠਾਂ। ਅਸੀਂ ਤੁਹਾਡੇ ਨਾਲ ਇਹ ਨੰਬਰ ਸਾਂਝੇ ਕਰਦੇ ਪਏ ਹਾਂ। ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਕਿੰਜਾਵਾ ਪਰਦੇਸ਼, ਔਰ ਇਸ ਤੋਂ ਇਲਾਵਾ ਤੁਸੀਂ ਨੈਵੀਗੇਟਰ ਦੇ ਫੇਸਬੁੱਕ ਪੇਜ ਤੇ ਸਾਡੇ ਨਾਲ ਜੁੜ ਸਕਦੇ ਹੋ। ਕਮੈਂਟ ਸੈਕਸ਼ਨ ਔਰ ਇਨਬਾਕਸ 24 ਘੰਟੇ ਤੁਹਾਡੇ ਵਾਸਤੇ ਖੁੱਲਾ ਹੈਗਾ। ਕੈਨੇਡਾ, ਆਸਟ੍ਰੇਲੀਆ, ਯੂਕੇ, ਯੂਐਸ ਕਿਤੇ ਵੀ ਜਾਣਾ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ ਸਾਡੇ ਨਾਲ ਜ਼ਰੂਰ ਜੁੜੋ। 2 ਦਹਾਕਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਨੈਵੀਗੇਟਰ ਨੂੰ ਆਪਣੀਆਂ ਸੇਵਾਵਾਂ ਸਰਵਿਸਿਜ਼ ਜਿਹੜੀਆਂ ਨੇ ਦਰਸ਼ਕਾਂ ਨੂੰ ਸਾਡਿਆਂ ਨੂੰ ਦਿੰਦੇ ਹੋਏ। ਸੋ ਜਦੋਂ ਵੀ ਕਾਲ ਕਰਨੀ ਹੈ, ਟੀਵੀ ਦੀ ਆਵਾਜ਼ ਘਟਾ ਕੇ ਸਾਡੇ ਤੁਸੀਂ ਰੂਬਰੂ ਹੋਣਾ, ਆਪਣੇ ਸਵਾਲ ਰੱਖਣੇ ਨੇ। ਇੱਕਮਾਤਰ ਐਸਾ ਮੰਚ ਹੈ ਸਾਡਾ ਜੋ ਤੁਹਾਨੂੰ ਮੌਕਾ ਦਿੰਦਾ ਤੁਹਾਡੇ ਸਵਾਲ ਲਾਈਵ ਪੁੱਛਣ ਦਾ। ਸੋ ਜੋ ਵੀ ਪੱਖ ਦੇ ਮੁੱਦੇ ਹੁੰਦੇ ਨੇ, ਪੱਖ ਦੀਆਂ ਚੀਜ਼ਾਂ ਹੁੰਦੀਆਂ ਨੇ, ਇੰਟਰਨੈਸ਼ਨਲ ਐਜੂਕੇਸ਼ਨ ਨੂੰ ਲੈ ਕੇ ਅਸੀਂ ਹਰ ਰੋਜ਼ ਡਿਸਕਸ ਕਰਦੇ ਹਾਂ। ਅੱਜ ਫਿਰ ਤੋਂ ਚਰਚਾ ਕਰਾਂਗੇ। ਚਰਚਾ ਦਾ ਵਿਸ਼ਾ ਮੈਡਮ ਅੱਜ ਖਾਸ ਤੌਰ ਤੇ ਅਸੀਂ ਆਸਟ੍ਰੇਲੀਆ ਔਰ ਯੂਕੇ ਹੀ ਰੱਖਣਾ, ਬਾਕੀ ਕੰਟਰੀਜ਼ ਦੇ ਸਵਾਲ ਵੀ ਅਸੀਂ ਡਿਸਕਸ ਕਰਾਂਗੇ, ਲੇਕਿਨ ਮੇਨਲੀ ਸਾਡਾ ਫੋਕਸ ਅੱਜ ਆਸਟ੍ਰੇਲੀਆ ਤੇ ਰਹੇਗਾ। ਮੈਂ ਆਫ ਕੈਮਰਾ ਦੇਖ ਰਹੀ ਸੀ ਕਿ ਮੈਡਮ ਅੱਜ ਕਾਫੀ ਸਾਰੇ ਵੀਜ਼ੇ ਆਸਟ੍ਰੇਲੀਆ ਦੇ ਲੈ ਕੇ ਆਏ ਨੇ। ਸੋ ਵਨ ਬਾਏ ਵਨ ਇਹਨਾਂ ਵੀਜ਼ਾਸ ਨੂੰ ਵੀ ਦੇਖਾਂਗੇ ਅਸੀਂ, ਕਿਉਂਕਿ ਆਸਟ੍ਰੇਲੀਆ ਦੇ ਵੀਜ਼ੇ ਤੁਹਾਨੂੰ ਦਿਖਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ, ਕਿਉਂਕਿ ਆਸਟ੍ਰੇਲੀਆ ਨੂੰ ਲੈ ਕੇ ਨੈਗੇਟਿਵ ਖਬਰਾਂ ਬਹੁਤ ਪੇਸ਼ ਕੀਤੀਆਂ ਜਾ ਰਹੀਆਂ ਨੇ। ਸੋ ਅੱਜ ਮਾਹੌਲ ਪੋਜ਼ਿਟਿਵ ਕਰਨਾ ਮੈਡਮ, ਤੁਹਾਡੇ ਤੋਂ ਜਾਣਕਾਰੀ ਚਾਹੂੰਗੀ, ਤੁਹਾਡੀ ਜ਼ੁਬਾਨੀ ਜਾਣਕਾਰੀ ਚਾਹੂੰਗੀ, ਔਰ ਵੀਜ਼ੇ ਜ਼ਰੂਰ ਦੇਖਣਾ ਚਾਹੂੰਗੀ ਤੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਉਣਾ ਚਾਹਾਂਗੇ ਤੇ ਕਿਹੜੇ ਇਨਟੇਕ ਦੇ ਵੀਜ਼ੇ ਹੈਗੇ ਨੇ, ਕੈਸੀ ਪ੍ਰੋਫਾਈਲ ਹੈਗੀ ਹੈ, ਆਸਟ੍ਰੇਲੀਆ ਕਿੰਨਾ ਕੁ ਹੁਣ ਲੀਨੀਅੰਟ ਹੁੰਦਾ ਹੋਇਆ ਨਜ਼ਰ ਆ ਰਿਹਾ। ਇਹ ਸਾਰੇ ਆਲਮੋਸਟ ਜੁਲਾਈ ਇਨਟੇਕ ਦੇ ਵੀਜ਼ੇ ਆ। ਓਕੇ ਠੀਕ ਹੈ, ਕਾਫੀ ਸਾਰੇ ਵੀਜ਼ੇ ਆ ਐਂਡ ਇਹ ਪਿਛਲੇ 2 ਦਿਨਾਂ ਚ ਹੀ ਆਏ। ਠੀਕ ਹੈ ਜੀ। ਰੀਜ਼ਨ ਬੀਂਗ ਕਿ ਹੁਣ ਜਿਹੜਾ ਜੁਲਾਈ ਲਾਸਟ ਚੱਲ ਰਿਹਾ, ਐਕਸਟੈਂਸ਼ਨ ਦਿੱਤੀ ਗਈ ਹੈ ਕਾਲਜ ਯੂਨੀਵਰਸਿਟੀਜ਼ ਦੀ ਤਰਫ ਤੋਂ। 1 ਅਗਸਤ ਲਾਸਟ ਡੇਟ ਹੈ ਅਰਾਈਵਲ ਦੀ, ਸਾਰਿਆਂ ਨੇ ਦਿੱਤੀ ਆ ਤੇ ਬੱਚੇ ਜਿਹੜੇ 2 ਦਿਨ ਚ ਅਸੀਂ ਦੱਸਤਾ ਸਾਰਿਆਂ ਨੂੰ ਮਸਟ ਬੀ ਟ੍ਰੈਵਲਿੰਗ ਕਰ ਰਹੇ ਆ ਜਾਂ ਸ਼ੁਰੂ ਕਰਤੀ ਹੈ ਜਾਂ ਪਹੁੰਚਣ ਵਾਲੇ ਆ ਤੇ ਆਸਟ੍ਰੇਲੀਆ ਜਿਹੜੀ ਇਹ ਨਿਊਜ਼ ਆ ਰਹੀ ਹੈ ਕਿਉਂਕਿ ਪਿਛਲੇ 2 ਦਿਨ ਚ ਸਾਡੇ ਵੀ ਆਏ, ਮਾਰਕੀਟ ਚ ਵੀ ਬਹੁਤ ਵੀਜ਼ੇ ਆਏ ਆ ਐਂਡ ਆਸਟ੍ਰੇਲੀਆ ਜਿਹੜਾ 1-2 ਸਾਲ ਚ ਕਾਫੀ ਵੀਜ਼ਾ ਹੁਣ ਦੇਣ ਵਾਲਾ ਹੈ ਐਂਡ ਤੁਸੀਂ ਇਹ ਦੇਖੋਗੇ ਬੱਚੇ ਦਾ। ਅਮਨਦੀਪ ਕੌਰ ਹੈ, ਅੰਮ੍ਰਿਤਸਰ ਸਾਈਡ ਦੀ ਸਟੂਡੈਂਟ ਹੈ। ਇਹਦਾ ਜਿਹੜਾ ਪ੍ਰੋਫਾਈਲ, ਯੂ ਵਿਲ ਬੀ ਸਰਪ੍ਰਾਈਜ਼ਡ, ਮੈਰਿਡ ਹੈ ਲੜਕੀ ਐਂਡ ਪਲੱਸ 2 ਦੇ ਬਾਅਦ ਲੈਬ ਟੈਕਨੋਲੋਜੀ ਵਿਚ ਡਿਪਲੋਮਾ ਕੀਤਾ ਹੋਇਆ। ਜਸਟ ਡਿਪਲੋਮਾ ਇਜ਼ ਆਲਵੇਸ ਇਕੁਅਲੈਂਟ ਟੂ ਪਲੱਸ 2। ਬਿਲਕੁਲ ਠੀਕ ਹੈ। ਔਰ ਉਹਦੇ ਬਾਅਦ ਇਹ ਡਿਪਲੋਮੇ ਵਿਚ ਹੀ ਜਾ ਰਹੀ ਹੈ, ਮੈਰਿਡ ਲੜਕੀ ਹੈ। ਓਕੇ, ਡਿਪਲੋਮਾ ਕੀਤਾ, ਡਿਪਲੋਮੇ ਦੇ ਵਿਚ ਹੀ ਜਾ ਰਹੀ ਹੈ, ਡਿਪਲੋਮੇ ਵਿਚ ਹੀ ਜਾ ਰਹੀ ਹੈ। ਆਮ ਤੌਰ ਤੇ ਆਸਟ੍ਰੇਲੀਆ ਨੂੰ ਲੈ ਕੇ ਅਸੀਂ ਇਹੀ ਸੁਣਿਆ ਕਿ ਜਿਹਨੇ ਡਿਗਰੀ ਕੀਤੀ ਹੈ ਉਹੀ ਆਸਟ੍ਰੇਲੀਆ ਜਾ ਸਕਦਾ, ਔਰ ਅੱਗੇ ਜਾ ਕੇ ਵੀ ਜੇ ਤੁਸੀਂ ਡਿਪਲੋਮਾ ਲੈਂਦੇ ਹੋ ਜਾਂ D2D ਪ੍ਰੋਗਰਾਮ ਲੈਂਦੇ ਹੋ ਤਾਂ ਉਹਦਾ ਸਕਸੈਸ ਰੇਟ ਘੱਟ ਹੁੰਦਾ, ਲੇਕਿਨ ਤੁਸੀਂ ਤਾਂ ਗੇਮ ਹੀ ਪਲਟ ਕੇ ਰੱਖ ਦਿੱਤੀ, ਤੁਸੀਂ ਡਿਪਲੋਮੇ ਵਾਲਾ ਦਾ ਡਿਪਲੋਮੇ ਚ ਵੀ ਜਾ। PT ਵੀ ਓਵਰਆਲ ਦਾ 53 ਹੈ, ਇੱਕ ਚ ਮੇਰੇ ਖਿਆਲ 43 ਵੀ ਹੈ ਇਹਦਾ। ਓਕੇ, ਅੱਛਾ, ਸਕੋਰ ਦਾ ਵੀ ਥੋੜਾ ਹੈਗਾ, ਮਤਲਬ ਔਰ 2019 ਦੇ ਬਾਅਦ ਵਰਕ ਐਕਸਪੀਰੀਅੰਸ ਹੈ, ਕੋਈ ਬੜਾ ਸੋਹਣਾ ਪ੍ਰੋਫਾਈਲ ਨਹੀਂ ਹੈ, ਲੇਕਿਨ ਸ਼ੀ ਇਜ਼ ਲੱਕੀ ਕਿ ਇਹਦਾ ਵੀਜ਼ਾ ਗ੍ਰਾਂਟ ਹੋ ਗਿਆ। ਠੀਕ ਹੈ। ਹੁਣ ਤੁਸੀਂ ਇਹ ਦੇਖੋਗੇ ਆਦਿਤਿਆ ਸ਼ਰਮਾ, ਇਹਦਾ ਵੀਜ਼ਾ ਇੱਕ ਚ 5.5 ਸੀਗਾ ਆਈਲ ਸਕੋਰ ਐਂਡ ਯੂਨੀਵਰਸਿਟੀ ਚ ਜਾ ਰਹੇ ਆ, 6 ਬੈਂਡ ਓਵਰਆਲ ਸੀਗੇ। ਠੀਕ ਹੈ। 2021 ਪਾਸ ਆਊਟ, ਇਹਦਾ ਆਟੋ ਗ੍ਰਾਂਟ ਹੋਇਆ। ਓਕੇ ਜੀ, ਆਟੋ ਗ੍ਰਾਂਟ ਦਾ ਮਤਲਬ ਵੀਜ਼ਾ ਨਾਲ ਦੇ ਨਾਲ। ਹੁਣ ਇਹ ਲੜਕੀ ਮਨੀਸ਼ਾ, ਇਹ ਡੇਰਾ ਬਸੀ ਦੀ ਹੈ, ਨਰਸਿੰਗ ਚ ਗਈ ਹੈ, ਗ੍ਰੈਜੂਏਸ਼ਨ ਕੀਤਾ ਹੋਇਆ ਸੀ, BSc ਨਰਸਿੰਗ ਕੀਤੀ ਹੋਈ ਸੀ, ਇਹਦਾ ਵੀਜ਼ਾ 10-15 ਡੇਜ਼ ਚ ਆਇਆ। ਅੱਛਾ, ਇੰਨੀ ਜਲਦੀ ਵੀਜ਼ਾ ਆ ਰਿਹਾ ਹੈ ਆਸਟ੍ਰੇਲੀਆ? ਬਿਲਕੁਲ ਜੀ, ਹੈ ਨਾ। ਹੁਣ ਇਹਦੇ ਵਿਚ ਸਪਾਊਸ ਕੇਸ ਦਿਖਾਉਂਗੀ ਮੈਂ ਤੁਹਾਨੂੰ, ਇਹ ਜਿਹੜਾ ਸ਼ਾਂਤਨੂ ਔਰ ਕੀ ਨਾਮ ਹੈ, ਇੱਕ ਜਿਹੜਾ ਆਸ਼ਿਮਾ ਸ਼ਰਮਾ, ਇਹ ਸਪਾਊਸ ਕੇਸ। ਓਕੇ, ਤੇ ਇਹਨਾਂ ਦੀ ਗ੍ਰੈਜੂਏਸ਼ਨ ਹੈ ਉਹੀ 2017-18 ਦੀ, ਉਹਦੇ ਬਾਅਦ ਜਿਹੜਾ ਆਪਦਾ ਵਰਕ ਐਕਸਪੀਰੀਅੰਸ ਹੈ। ਮਤਲਬ ਵੀਜ਼ਾ ਨੂੰ ਲੈ ਕੇ ਤੁਸੀਂ ਜਿੰਨੇ ਪ੍ਰੋਫਾਈਲ ਦੱਸਣ ਦਾ ਮਤਲਬ ਕੀ ਹੈ ਕਿ ਬੜੇ ਕੋਈ 8 ਬੈਂਡ ਵਾਲੇ ਨਹੀਂ ਆ, ਕੋਈ ਕੁਛ ਨਹੀਂ ਹੈ, ਲੇਕਿਨ ਵੀਜ਼ਾ ਇਸ ਦਾ ਮਤਲਬ ਅੰਬੈਸੀ ਕਿਦਾਂ ਕਿ ਲੀਨੀਅੰਟ ਹੋਈ, ਲੀਨੀਅੰਟ ਹੋਈ। ਓਕੇ, ਦਰਸ਼ਕਾਂ ਦੇ ਸਵਾਲ ਲਈਏ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕੀ ਨਾਮ ਹੈ ਤੇ ਕੀ ਜਾਣਕਾਰੀ ਚਾਹੁੰਦੇ ਹੋ? ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪ੍ਰੀਤ ਕੌਰ ਕਰ ਰਹੀ ਹਾਂ ਜੀ ਬਠਿੰਡੇ ਦਾ। ਜਸਪ੍ਰੀਤ ਬਠਿੰਡਾ, ਓਕੇ ਜੀ, ਕੀ ਸਵਾਲ ਹੈ ਜਸਪ੍ਰੀਤ? ਮੈਮ ਮੈਂ ਆਸਟ੍ਰੇਲੀਆ ਬਾਰੇ ਸਪਾਊਸ ਕੇਸ ਲਈ ਪੁੱਛਣਾ ਸੀਗਾ ਜੀ। ਪੁੱਛੋ ਜੀ, ਕੀ ਪ੍ਰੋਫਾਈਲ ਹੈ? ਮੈਮ ਮੇਰੀ ਲਾਸਟ ਜਿਹੜੀ ਕੁਆਲੀਫਿਕੇਸ਼ਨ ਹੈਗੀ ਹੈ ਜੀ, ਐਮਕਾਮ ਹੈਗੀ ਹੈ ਜੀ 2020 ਦੇ ਵਿੱਚ। ਠੀਕ ਹੈ। 73% ਹੈ ਜੀ, ਤੇ ਉਸ ਤੋਂ ਬਾਅਦ ਮੇਰੀ ਜੌਬ ਚੱਲ ਰਹੀ ਹੈ ਜੀ CA ਦੀ। ਠੀਕ ਹੈ, ਓਕੇ। ਹਾਂਜੀ,
ਤੇ ਤੁਹਾਡੇ ਸਪਾਊਸ ਦੀ ਕੁਆਲੀਫਿਕੇਸ਼ਨ ਸਪਾਊਸ ਦਾ ਸੀ ਹਾਂ ਆਇਲਸ ਦਾ ਸਕੋਰ ਔਰ ਸਪਾਊਸ ਦੀ ਕੁਆਲੀਫਿਕੇਸ਼ਨ ਹਾਂਜੀ ਤਾਂ ਮੇਰਾ ਆਇਲਸ ਸਕੋਰ ਹੈ ਜੀ 7.5 ਨਾਟ ਲੈਸ ਦੈਨ 6 ਹੈ ਜੀ ਓਕੇ ਤੇ ਸਪਾਊਸ ਠੀਕ ਹੈ ਜੀ ਮੈਰਿਜ ਕਦੋਂ ਦੀ ਹੋਈ ਹੈ ਸਵਾਲ ਕੀ ਹੈ ਤੁਹਾਡਾ ਕੁਸ਼ਚਨ ਕੀ ਹੈ ਮੈਡਮ ਤੁਹਾਡਾ ਸਵਾਲ ਕੀ ਹੈ ਮੇਰਾ ਕੁਸ਼ਚਨ ਇਹ ਹੈਗਾ ਜੀ ਮੇਰੀ 2020 ਦੇ ਵਿੱਚ ਐਮ ਕੌਮ ਹੈ ਉਸ ਤੋਂ ਬਾਅਦ ਮੇਰੀ ਜੋਬ ਹੈਗੀ ਹੈ ਜੀ ਕੀ ਇਹ ਪੋਸੀਬਿਲਿਟੀ ਹੈਗੀ ਹੈ ਸਾਊਥ ਕੇਅਰ ਦੀ ਆਸਟ੍ਰੇਲੀਆ ਮੇਰਾ ਕੇਸ ਲੜ ਸਕਦਾ ਕਿੰਨੇ ਪਰਸੈਂਟ ਚਾਂਸ ਓਕੇ ਕਿੰਨੇ ਪਰਸੈਂਟ ਚਾਂਸ ਨੇ ਵੀਜ਼ਾ ਸਕਸੈਸਫੁਲੀ ਗ੍ਰਾਂਟ ਹੋਣ ਦੇ ਕਿਉਂਕਿ ਜਸਟ ਫਿਰ ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣੋ ਜੀ ਥੈਂਕ ਯੂ ਸਾਡੇ ਨਾਲ ਜੁੜਨ ਦੇ ਲਈ ਸਾਡੇ ਦਰਸ਼ਕ ਕਿੰਜਾਵਾਂ ਪਰਦੇਸ਼ ਦੇ ਫੇਸਬੁੱਕ ਪੇਜ ਤੇ ਸਾਡੇ ਨਾਲ ਜੁੜ ਸਕਦੇ ਨੇ ਨੈਵੀਗੇਟਰ ਦੇ ਫੇਸਬੁੱਕ ਪੇਜ ਤੇ ਸਾਡੇ ਨਾਲ ਜੁੜ ਸਕਦੇ ਹੈਗੇ ਨੇ ਕੀ ਕਹੋਗੇ ਜੀ ਜਸਪ੍ਰੀਤ ਨੂੰ ਕੀ ਤਾਰੀਫ ਕੀ ਕਰੋਗੇ ਜਸਪ੍ਰੀਤ ਦੀ ਪ੍ਰੋਫਾਈਲ ਦੀ ਪਹਿਲੇ ਕੋਈ ਗੱਲ ਨੀ ਐਮ ਕੌਮ ਕੀਤੀ ਹੋਈ ਹੈ ਆਮ ਤੌਰ ਤੇ ਕਿਹਾ ਜਾਂਦਾ ਕਿ ਓਵਰ ਕੁਆਲੀਫਾਈਡ ਹੈ ਰਾਈਟ ਗ੍ਰੈਜੂਏਸ਼ਨ ਜਿਹੜੀ ਹੈ ਉਹਦੇ ਬਾਅਦ ਤੁਸੀਂ ਮਾਸਟਰਸ ਕਰੋ ਬਟ ਦੇਰ ਆਰ ਸਰਟਨ ਯੂਨੀਵਰਸਿਟੀਜ਼ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੇ ਐਮ ਕੌਮ ਕੀਤੀ ਹੈ ਤੇ ਤੁਸੀਂ ਥੋੜਾ ਡਿਫਰੈਂਟ ਪ੍ਰੋਗਰਾਮ ਲਓਗੇ ਮੀਨਸ ਡਿਫਰੈਂਟ ਇਹ ਨੀ ਕਿ ਟੋਟਲ ਡਿਫਰੈਂਟ ਹੋਏ ਬਟ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਜਿਹੜਾ ਤੁਸੀਂ ਇਹਨੂੰ ਕਿੱਦਾਂ ਜਸਟੀਫਾਈ ਕਰ ਸਕਦੇ ਹੋ ਕਿ ਤੁਹਾਡੀ ਕੁਆਲੀਫਿਕੇਸ਼ਨ ਕਿੱਦਾਂ ਤੁਸੀਂ ਉਹਦੇ ਅਚੀਵਮੈਂਟ ਕੀ ਨੈਕਸਟ ਹੋਏਗੀ ਤੁਹਾਡੀ ਠੀਕ ਹੈ ਉਹ ਚੀਜ਼ ਹੋਣੀ ਚਾਹੀਦੀ ਉਸ ਤੋਂ ਰਿਲੇਟਿਡ ਤੁਹਾਨੂੰ ਦੇਖਣਾ ਪਏਗਾ ਉਹ ਮਾਸਟਰਸ ਬਾਈ ਰਿਸਰਚ ਪ੍ਰੋਗਰਾਮ ਹੁੰਦਾ ਠੀਕ ਹੈ ਉਹ ਤੁਹਾਡੀ ਹਮੇਸ਼ਾ ਜਿਹੜੀ ਹੈ ਗਰੋਥ ਹੋ ਰਹੀ ਹੈ ਪ੍ਰੋਗਰਾਮ ਉਹ ਲੈਣਾ ਜਿਹਦੇ ਵਿੱਚ ਤੁਹਾਡਾ ਜਿਹੜਾ ਕਿੱਤਾ ਹੋਇਆ ਉਸਦੇ ਅੱਗੇ ਦੀ ਗਰੋਥ ਹੋਏ ਫਿਰ ਤੁਹਾਡੇ ਵੀਜ਼ੇ ਚ ਕੋਈ ਪ੍ਰੋਬਲਮ ਨਹੀਂ ਹੋਏਗੀ ਬਾਕੀ ਸਕੋਰ ਤੁਹਾਡਾ ਅੱਛਾ ਹੈ ਵਰਕ ਐਕਸਪੀਰੀਅੰਸ ਹੈ ਮੈਰਿਜ 1.5 ਸਾਲ ਪੁਰਾਣੀ ਹੈ ਜੈਨੂਇਨ ਪ੍ਰੋਫਾਈਲ ਹੈ ਦੇਖੋ ਆਸਟ੍ਰੇਲੀਆ ਦੇ ਵਿੱਚ ਕੁਝ ਚੀਜ਼ ਹੈ ਇੱਕ ਇਜ਼ ਕਿ ਮੈਰਿਜ ਤੁਹਾਡੀ 1 ਸਾਲ ਤੋਂ ਜ਼ਿਆਦਾ ਪੁਰਾਣੀ ਹੋਏ ਕਿ ਐਕਚੁਅਲ ਰਿਲੇਸ਼ਨਸ਼ਿਪ ਹੈ ਇਹ ਨਹੀਂ ਕਿ ਤੁਸੀਂ ਮੈਰਿਜ ਜਾਣ ਵਾਸਤੇ ਕਰਾਈ ਹੈ ਰਾਈਟ ਇਸ ਕਰਕੇ ਉਹ 1 ਸਾਲ ਪੁਰਾਣੇ ਹੀ ਦੇਖਦੇ ਆ ਠੀਕ ਹੈ ਨਾ ਮੈਂ ਤਾਂ ਕਹਿੰਦੀ ਹਾਂ ਮੈਂ 6 ਮਹੀਨੇ ਪੁਰਾਣੀ ਮੈਰਿਜ ਦਾ ਵੀ ਕਰ ਸਕਦੀ ਹਾਂ ਜੇ ਬੱਚਾ ਅੱਜ ਕੱਲ ਕੀ ਹੈ ਕਿ ਬੱਚਿਆਂ ਦੇ ਆਪਸ ਚ ਰਿਲੇਸ਼ਨ ਹੁੰਦੇ ਆ ਜੋ ਰਿਲੇਸ਼ਨਸ਼ਿਪ ਪ੍ਰੂਫ ਦਿੰਦੇ ਕਿ ਮੈਰਿਜ ਤੋਂ ਪਹਿਲਾਂ ਦੇ ਉਹਨਾਂ ਦੀ ਐਕਚੁਅਲ ਰਿਲੇਸ਼ਨਸ਼ਿਪ ਹੈ 1 ਸਾਲ ਤੋਂ 1.5 ਸਾਲ ਤੋਂ ਆਪਸ ਚ ਗੱਲਬਾਤ ਕਰ ਰਹੇ ਸੀਗੇ ਉਹ ਸਾਡੇ ਕੋਲ ਸਾਰੇ ਪ੍ਰੂਫ ਆਉਂਦੇ ਆ ਮੈਂ ਉਸ ਕੇਸ ਨੂੰ ਵੀ ਲੈ ਲੈਂਦੀ ਹਾਂ ਠੀਕ ਹੈ ਲੇਕਿਨ ਐਕਚੁਅਲ ਹੋਣਾ ਚਾਹੀਦਾ ਬਾਰ ਬਾਰ ਇਹ ਮੇਰਾ ਕਹਿਣਾ ਬਿਲਕੁਲ ਹੈ ਨਾ ਆਇਲਸ ਸਕੋਰ ਤੁਹਾਡਾ ਠੀਕ ਆ ਜਿੱਦਾਂ ਆਇਲਸ ਦਾ ਕੀ ਹੈ 6.5 ਮਾਸਟਰਸ ਵਾਸਤੇ ਨਾਟ ਲੈਸ ਦੈਨ 6 ਹੋਣਾ ਚਾਹੀਦਾ ਫਿਰ ਤੁਹਾਡਾ ਪ੍ਰੋਫਾਈਲ ਫਾਈਨੈਂਸ਼ੀਅਲ ਤੁਹਾਡੇ ਠੀਕ ਹੋਣੇ ਚਾਹੀਦੇ ਆ ਇਹ ਸਾਰੀ ਚੀਜ਼ਾਂ ਜੋ ਤੁਹਾਡੇ ਮੈਚ ਕਰਦੀਆਂ ਤੁਹਾਡੇ ਵੀਜ਼ੇ ਨੂੰ ਕੋਈ ਨਹੀਂ ਰੋਕ ਸਕਦਾ ਆਸਟ੍ਰੇਲੀਆ ਦੇ ਵਿੱਚ ਜੀ ਵੀਜ਼ਾ ਤੁਹਾਡਾ ਗ੍ਰਾਂਟ ਹੋ ਸਕਦਾ ਹੈ ਜੀ ਜਸਪ੍ਰੀਤ ਇੱਕ ਵਾਰੀ ਸਾਡੇ ਸ਼ੋਅ ਤੋਂ ਬਾਅਦ ਤੁਸੀਂ ਕਾਲ ਕਰਿਓ ਆਫਿਸ ਚੰਡੀਗੜ੍ਹ ਦੇ ਵਿੱਚ ਹੈਗਾ ਜ਼ਰੂਰ ਵਿਜ਼ਿਟ ਕਰਨਾ ਇੱਕ ਬੇਹੱਦ ਖਾਸ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ 5 ਅਗਸਤ ਨੂੰ ਮਲਟੀ ਕੰਟਰੀਜ਼ ਦਾ ਸੈਮੀਨਾਰ ਲੈ ਕੇ ਆ ਰਿਹਾ ਨੈਵੀਗੇਟਰ ਸਮੇਂ ਟੂ ਸਮੇਂ ਤੁਹਾਨੂੰ ਅਪਡੇਟ ਦਿੱਤੀ ਜਾਂਦੀ ਹੈ ਸਮੇਂ ਟੂ ਸਮੇਂ ਵੱਖ ਵੱਖ ਜਿਹੜੇ ਸੈਮੀਨਾਰ ਹੈ ਆਰਗੇਨਾਈਜ਼ ਕਰਾਏ ਜਾਂਦੇ ਨੇ ਨੈਵੀਗੇਟਰ ਵੱਲੋਂ ਉਹਨਾਂ ਦੀ ਟੀਮ ਵੱਲੋਂ ਸੋ ਫਿਰ ਤੋਂ 5 ਅਗਸਤ ਨੂੰ ਹੈਗਾ ਜੀ ਜਿੱਥੇ ਕਿ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਲਗਭਗ ਤਕਰੀਬਨ ਜਿੰਨੀਆਂ ਵੀ ਕੈਨੇਡਾ ਆਸਟ੍ਰੇਲੀਆ ਯੂਕੇ ਯੂਐਸ ਟਾਪ ਕਲਾਸ ਯੂਨੀਵਰਸਿਟੀਜ਼ ਹੈਗੀਆਂ ਨੇ ਉਹਨਾਂ ਦੇ ਕਾਲਜਸ ਦੇ ਰਿਪ੍ਰੈਜੈਂਟੇਟਿਵ ਉੱਥੇ ਹੋਣਗੇ ਤੁਹਾਨੂੰ ਮੌਕਾ ਮਿਲੇਗਾ ਲਾਈਵ ਆਪਣੇ ਸਵਾਲ ਮਨਦੀਪ ਮੈਂ ਇਸ ਚੀਜ਼ 'ਚ ਇੱਕ ਚੀਜ਼ ਐਡ ਕਰਨਾ ਚਾਹੂੰਗੀ ਜਦੋਂ 5 ਅਗਸਤ 5 ਅਗਸਤ ਨੂੰ ਜਿਹੜਾ ਸੈਮੀਨਾਰ ਹੈ 11 ਵਜੇ ਤੋਂ 4 ਵਜੇ ਤੱਕ ਹੈ ਕਾਫੀ ਸਾਰੇ ਆ ਰਹੇ ਆ ਇਹਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੀ ਕੁਝ ਯੂਨੀਵਰਸਿਟੀਜ਼ ਆ ਰਹੀਆਂ ਜਿਨ੍ਹਾਂ ਦੇ ਪ੍ਰੋਗਰਾਮ ਬਹੁਤ ਅੱਛੇ ਆ ਠੀਕ ਹੈ ਆਸਟ੍ਰੇਲੀਆ ਦੇ ਵਿੱਚ ਵੀ ਪਰਟੀਕੁਲਰ ਜੇ ਆਪਾਂ ਵੈਸਟਰਨ ਆਸਟ੍ਰੇਲੀਆ ਕਹੀਏ ਉਧਰ ਦੀ ਡਿਵੈਲਪਮੈਂਟ ਬਹੁਤ ਜ਼ਿਆਦਾ ਹੋ ਰਹੀ ਹੈ ਠੀਕ ਹੈ ਮਿਲੀਅਨ ਐਂਡ ਬਿਲੀਅਨ ਜਿਹੜੇ AUD ਲਗਾ ਕੇ ਜਿਹੜਾ ਨਾ ਉੱਥੇ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਜਦ ਕੋਈ ਵੀ ਸਟੇਟ ਚ ਇੱਦਾਂ ਦੀ ਡਿਵੈਲਪਮੈਂਟ ਹੁੰਦੀ ਹੈ ਵਰਕ ਅਪਰਚੁਨਿਟੀਜ਼ ਬਹੁਤ ਜ਼ਿਆਦਾ ਹੁੰਦੀਆਂ ਕਿਉਂਕਿ ਇੰਨਾ ਪੈਸਾ ਲੱਗ ਰਿਹਾ ਇੰਨਾ ਪੈਸਾ ਲੱਗ ਰਿਹਾ ਤੇ ਜੋਬ ਕਿੰਨੀ ਕੁ ਕ੍ਰੀਏਟ ਹੋ ਰਹੀ ਹੈ ਉਹਦੇ ਵਾਸਤੇ ਹਰ ਚੀਜ਼ ਇੰਟਰ ਰਿਲੇਟਿਡ ਹੈ ਉੱਥੇ ਜਿਹੜਾ ਬੱਚੇ ਦੀ ਸੈਟਲਮੈਂਟ ਕੰਮ ਸਾਰਾ ਕੁਝ ਬਹੁਤ ਈਜ਼ੀ ਹੈ ਇਸ ਟਾਈਮ ਕੋਰਸਿਸ ਜਿਹੜੇ ਆ ਜੇ ਆਪਾਂ ਕਹੀਏ ਟੈਕਨੀਕਲ ਕੋਰਸਿਸ ਅੱਛਾ ਹਸਪਿਟੈਲਿਟੀ ਦੇ ਕਹੀਏ ਤੇ ਉਹਨਾਂ ਦੇ ਵੀ ਪੇਡ ਇੰਟਰਨਸ਼ਿਪ ਹੈ ਰਾਈਟ ਪੇਡ ਇੰਟਰਨਸ਼ਿਪ ਦੇ ਬਾਅਦ ਜੋਬ ਅਪਰਚੁਨਿਟੀਜ਼ ਬਹੁਤ ਅੱਛੀ ਹੈ 3 ਤੋਂ 4 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਹੈ ਨਾ ਇੰਟਰਨਸ਼ਿਪ ਹਮੇਸ਼ਾ ਪੇਡ ਜਦ ਹੁੰਦੀ ਹੈ ਤੇ ਇੰਪਲਾਇਰ ਦੇ ਨਾਲ ਰਿਲੇਸ਼ਨਸ਼ਿਪ ਬਣ ਜਾਂਦੀ ਹੈ ਉਹਦੇ ਨਾਲ ਬੱਚੇ ਨੂੰ ਪੱਕੀ ਜੋਬ ਮਿਲ ਜਾਂਦੀ ਹੈ ਦੈਨ IT ਦੇ ਕੋਰਸਿਸ ਡੇਟਾ ਐਨਾਲਿਸਿਸ ਸਾਈਬਰ ਸਿਕਿਉਰਿਟੀ ਕਲਾਊਡ ਕੰਪਿਊਟਿੰਗ ਇਹੋ ਜਿਹੇ ਕੋਰਸਿਸ ਬਹੁਤ ਅੱਛੇ ਕੋਰਸਿਸ ਹੈ ਇੰਜੀਨੀਅਰਿੰਗ ਦੇ ਕੋਰਸਿਸ ਬਹੁਤ ਅੱਛੇ ਕੋਰਸਿਸ ਹੈ
ਆਰਟਸ ਵਾਲੇ ਬੱਚਿਆਂ ਵਾਸਤੇ ਤੇ ਹੋਸਪਿਟੈਲਿਟੀ ਦਾ ਮੈਂ ਦੱਸਦੀ ਹਾਂ ਬਾਰ ਬਾਰ ਕੋਰਸਿਸ ਲੈ ਸਕਦੇ ਆ ਇੰਜੀਨੀਅਰਿੰਗ ਬਿਜ਼ਨਸ ਮੈਨੇਜਮੈਂਟ ਸਾਰੇ ਕੋਰਸਿਸ ਬਹੁਤ ਅੱਛੇ ਕੋਰਸਿਸ ਹੈ ਠੀਕ ਹੈ ਔਰ ਮੈਂ ਇੰਨਾ ਕੁ ਬੱਚਾ ਭੇਜਿਆ ਹੋਇਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਿ ਕੋਈ ਵੀ ਬੱਚਾ ਜਫਾਈ ਲਗਾਉਂਦਾ ਨਾ ਮੇਰੇ ਪਿਛਲੇ ਇੰਨੇ ਬੱਚੇ ਗਏ ਹੁੰਦੇ ਕਿ ਉਹੀ ਉਹਨੂੰ ਸੈਟਲ ਕਰਦਾ ਬਿਲਕੁਲ ਉੱਥੇ ਹੀ ਤੁਹਾਨੂੰ ਜੋਬ ਓਪਰਚੁਨਿਟੀਜ਼ ਵੀ ਕਿਤੇ ਨਾ ਕਿਤੇ ਮਿਲ ਜਾਂਦੀਆਂ ਨੇ ਤੁਹਾਨੂੰ ਸੈਟਲਮੈਂਟ ਆਪਸ਼ਨ ਵੀ ਮਿਲ ਜਾਂਦੀਆਂ ਨੇ ਮੈਮ ਇੰਟਰਨਸ਼ਿਪ ਹੋਈ ਕੋਅਪ ਪ੍ਰੋਗਰਾਮ ਹੋ ਗਏ ਜਿਹੜੇ ਇਹਨਾਂ ਨੂੰ ਲੈਣ ਦੇ ਬੈਨੀਫਿਟ ਰਹਿੰਦੇ ਨੇ ਕਿਸੇ ਬਿਲਕੁਲ ਮੈਂ ਤੁਹਾਨੂੰ ਇੱਕ ਹੋਰ ਦੱਸੂਗੀ ਮੇਰੇ ਕੋਲ ਨਾ ਐਡੀਲੇਡ ਚ ਵੀ ਕੁਛ ਏਦਾਂ ਦੀ ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਮੈਂ ਪਹਿਲੇ ਵੀ ਸ਼ਾਇਦ ਪ੍ਰੋਗਰਾਮ ਚ ਦੱਸ ਚੁੱਕੀ ਹਾਂ ਕਿ ਉਹਦੇ ਵਿੱਚ ਕੀ ਹੈ ਜੇ ਆਰਟਸ ਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਪਲੱਸ ਟੂ ਕੀਤੀ ਹੋਈ ਹੈ ਤੁਸੀਂ ਬੈਚੁਲਰ ਇਨ ਹੋਸਪਿਟੈਲਿਟੀ ਜਾਂ ਮਾਸਟਰ ਇਨ ਹੋਸਪਿਟੈਲਿਟੀ ਲੈ ਸਕਦੇ ਹੋ ਉਹਦੇ ਵਿੱਚ ਵੀ ਤੁਹਾਡੀ ਪੇਡ ਇੰਟਰਨਸ਼ਿਪ ਹੋਏਗੀ ਇੱਕ ਸਮੈਸਟਰ ਪੜ੍ਹੋ ਇੱਕ ਸਮੈਸਟਰ ਤੁਹਾਡੀ ਇੰਟਰਨਸ਼ਿਪ ਇੱਕ ਸਮੈਸਟਰ ਪੜ੍ਹੋ ਇੱਕ ਸਮੈਸਟਰ ਇੰਟਰਨਸ਼ਿਪ ਹਨਾ ਉਹ ਵੀ ਬਹੁਤ ਅੱਛਾ ਉਹਦੇ ਵਿੱਚ ਆਇਲਟ ਸਕੋਰ ਵੀ ਘੱਟ ਐਕਸੈਪਟ ਕਰ ਲੈਂਦੇ ਆ ਉਹਦੇ ਵਿੱਚ ਜੇ ਪਲੱਸ ਟੂ ਹੈ ਸਟੂਡੈਂਟ ਦਾ ਤੇ 6 ਬੈਂਡ ਓਵਰਆਲ ਨਾਟ ਲੈਸ ਦੈਨ 5.5 ਰਾਈਟ ਜੇ ਪੋਸਟ ਗ੍ਰੈਜੂਏਸ਼ਨ ਹੈ ਤੇ ਓਵਰਆਲ 6.5 ਬਟ ਪੋਸਟ ਗ੍ਰੈਜੂਏਸ਼ਨ ਚ ਵੀ ਉਹ ਜਦ ਬੱਚੇ ਦਾ ਇੱਕ ਚ 5.5 ਹੈ ਉਹ ਵੀ ਐਕਸੈਪਟ ਕਰ ਲੈਣਗੇ ਜੀ ਬਿਲਕੁਲ ਸਕਰੀਨ ਦੇ ਉੱਤੇ ਤੁਹਾਡੇ ਨਾਲ ਨੰਬਰ ਸਾਂਝੇ ਕਰ ਰਹੇ ਹਾਂ ਜੀ 2 ਦਹਾਕਿਆਂ ਤੋਂ ਉੱਪਰ ਦਾ ਵਕਫਾ ਹੋ ਗਿਆ ਨੈਵੀਗੇਟਰ ਨੂੰ ਸੇਵਾਵਾਂ ਦਿੰਦੇ ਹੋਏ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਭਰੋਸਾ ਜਤਾ ਸਕਦੇ ਹੋ ਨੈਵੀਗੇਟਰ ਦੇ ਉੱਪਰ ਔਰ ਆਪਣੀ ਪ੍ਰੋਫਾਈਲ ਜਿਹੜੀ ਹੈ ਉਹ ਡਿਸਕਸ ਕਰ ਸਕਦੇ ਹੋ ਤੇ ਆਪਣੀ ਵੀਜ਼ਾ ਲਵਾਉਣ ਦੀ ਐਪਲੀਕੇਸ਼ਨ ਜਿਹੜੀ ਆ ਉਹ ਪ੍ਰੋਸੀਡ ਕਰਾ ਸਕਦੇ ਹੈਗੇ 5 ਅਗਸਤ ਨੂੰ ਆਉਣਾ ਨੀ ਭੁੱਲਣਾ 11 ਤੋਂ 4 ਵਜੇ ਤੱਕ ਖਾਸ ਮੌਕਾ ਤੁਹਾਨੂੰ ਮਿਲੇਗਾ ਉੱਥੇ ਸਵਾਲ ਆਪਣੇ ਪੁੱਛਣ ਦਾ ਮੈਡਮ ਬਹੁਤ ਸਾਰੇ ਬੱਚੇ ਸਾਡੇ ਨਾਲ ਜੁੜਨ ਦਾ ਪ੍ਰਯਤਨ ਕਰਦੇ ਆ ਕਤਾਰ ਬਿਜ਼ੀ ਹੁੰਦੀ ਹੈ ਬੱਚਿਆਂ ਦੇ ਬਹੁਤ ਸਾਰਿਆਂ ਦੇ ਕਈਆਂ ਦੇ ਸਵਾਲ ਹੀ ਆਲਮੋਸਟ ਸਿਮਲਰ ਹੁੰਦੇ ਨੇ ਖਾਸ ਤੌਰ ਤੇ ਇੱਕ ਤਬਕਾ ਐਸਾ ਹੈ ਪੰਜਾਬ ਦੇ ਬੱਚਿਆਂ ਦਾ ਜੋ ਬਹੁਤ ਅੱਛੀ ਪਰਸੈਂਟੇਜ ਲੈ ਜਾਂਦਾ ਲੇਕਿਨ ਉਹਨਾਂ ਕੋਲ ਸਬਜੈਕਟ ਆਰਟਸ ਦੇ ਹੁੰਦੇ ਨੇ ਆਰਟਸ ਨੂੰ ਲੈ ਕੇ ਆਮ ਤੌਰ ਦੇ ਉੱਪਰ ਆਸਟ੍ਰੇਲੀਆ ਚ ਅਸੀਂ ਸੁਣਦੇ ਹਾਂ ਵੀ ਕੋਰਸਾਂ ਦੀ ਭਰਮਾਰ ਥੋੜੀ ਜਿਹੀ ਘੱਟ ਹੈਗੀ ਹੈ ਤੁਹਾਨੂੰ ਆਰਟਸ ਦੇ ਵਿੱਚ ਵੀ ਕੁਝ ਬਹੁਤ ਚੁਣਿੰਦਾ ਜੇ ਸਬਜੈਕਟ ਪੜ੍ਹੇ ਨੇ ਤਾਂ ਹੀ ਕੋਰਸ ਮਿਲਣਗੇ ਅਦਰਵਾਈਜ਼ ਨਹੀਂ ਮਿਲਣਗੇ ਮੈਂ ਤੁਹਾਨੂੰ ਦੱਸਦੀ ਹਾਂ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਇਹ ਵੀ ਕਹਿੰਦੇ ਪੰਜਾਬ ਔਰ ਹਰਿਆਣਾ ਦੇ ਜਿਹੜੇ ਬੱਚੇ ਨਹੀਂ ਲੈਣਗੇ ਪਰ ਸਾਡੇ ਵਾਸਤੇ ਇਹ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਕੋਲ ਇੱਦਾਂ ਦੀ ਟੈਕਨੀਕਸ ਹੈ ਆਨਲਾਈਨ ਰਿਜ਼ਲਟ ਅਸੀਂ ਚੈੱਕ ਕਰ ਸਕਦੇ ਹਾਂ ਅਥੈਂਟਿਸਿਟੀ ਅਸੀਂ ਉਹਨਾਂ ਨੂੰ ਦਿਖਾ ਸਕਦੇ ਹਾਂ ਬੇਸਿਕਲੀ ਪ੍ਰੋਬਲਮ ਕੀ ਕੋਈ ਗਲਤ ਡਾਕੂਮੈਂਟ ਨਾ ਪੇਸ਼ ਹੋਣ ਇਸ ਕਰਕੇ ਡਰ ਲੱਗਦਾ ਤੇ ਉਹ ਇੱਦਾਂ ਕੋਈ ਪ੍ਰੋਬਲਮ ਨਹੀਂ ਕਿ ਕਿਸੇ ਬੋਰਡ ਨੂੰ ਉਹਨਾਂ ਨੇ ਕੋਈ ਰੋਕਿਆ ਓਕੇ ਕਿਉਂਕਿ ਉਹਨਾਂ ਦਾ ਰਿਜ਼ਲਟ ਵੈਰੀਫਾਈ ਕਰਨਾ ਸਾਡਾ ਕੰਮ ਹੈ ਬਿਲਕੁਲ ਠੀਕ ਹੈ ਨਾ ਰਿਜ਼ਲਟ ਠੀਕ ਹੈ ਉਹਨਾਂ ਦੇ ਫਾਈਨੈਂਸ਼ੀਅਲ ਠੀਕ ਹੈ ਵਰਕ ਐਕਸਪੀਰੀਅੰਸ ਠੀਕ ਹੈ ਉਹਨਾਂ ਦੇ ਵੀਜ਼ੇ ਚ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਜੀ ਜੁੜ ਸਕਦੇ ਹੋ ਸਾਡੇ ਨਾਲ ਕਾਲ ਕਰ ਸਕਦੇ ਹੋ ਜੇ ਕਾਲ ਨਹੀਂ ਲੱਗ ਪਾ ਰਿਹਾ ਹੈ ਕਤਾਰ ਵਿਅਸਤ ਆ ਰਹੀ ਹੈ ਤਾਂ ਫੋਟੋ ਖਿੱਚ ਕੇ ਰੱਖੋ ਸਾਡੇ ਸ਼ੋਅ ਤੋਂ ਬਾਅਦ ਸਾਡੇ ਨਾਲ ਤੁਸੀਂ ਜ਼ਰੂਰ ਜੁੜਿਓ ਮੈਡਮ ਆਸਟ੍ਰੇਲੀਆ ਦਾ ਜ਼ਿਕਰ ਹੋ ਰਿਹਾ ਜੀਟੀ ਦੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀਟੀ ਕਲੀਅਰ ਕਰਨ ਚ ਨੈਵੀਗੇਟਰ ਕਿਵੇਂ ਹੈਲਪ ਕਰਦਾ ਕਿ ਸਟੂਡੈਂਟ ਨੂੰ ਉਹਨਾਂ ਦੇ ਪੇਰੈਂਟਸ ਨੂੰ ਨਿੱਕੇ ਨਿੱਕੇ ਨੁਮਾਇੰਦੇ ਨਾਲ ਇੱਕ ਚੀਜ਼ ਕਲੀਅਰ ਕੀਤੀ ਜਾਂਦੀ ਹੈ ਬ੍ਰੀਫ ਚ ਡਿਸਕਸ ਕਰਾਂਗੇ ਪਹਿਲਾਂ ਦਰਸ਼ਕ ਦਾ ਸਵਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਔਰ ਕੀ ਸਵਾਲ ਹੈ ਜੀ ਕੀ ਸਵਾਲ ਹੈ ਜੀ ਕਿੱਥੋਂ ਬੋਲ ਰਹੇ ਹੋ ਨਵਜੋਤ ਜੀ ਬੋਲ ਕਿੱਥੋਂ ਰਹੇ ਹੋ ਮੈਡਮ ਠੀਕ ਹੈ ਸਵਾਲ ਕੀ ਹੈ ਜੀ ਪ੍ਰੋਫਾਈਲ ਕੀ ਸਟੱਡੀ ਕੀਤੀ ਹੈ ਮੈਡਮ ਕੀ ਠੀਕ ਹੈ ਠੀਕ ਹੈ ਜੀ ਠੀਕ ਹੈ ਸਾਢੇ 6 ਬੈਂਡ ਆਸਟ੍ਰੇਲੀਆ ਲੱਗ ਸਕਦਾ ਜਾਂ ਨਹੀਂ 19 ਤੋਂ ਬਾਅਦ ਕੀ ਕਰ ਰਹੇ ਹੋ ਤੁਸੀਂ ਐਕਸਪੀਰੀਅੰਸ ਹੀ ਹੈ ਤੁਹਾਡੇ ਕੋਲ ਬੈਂਡ ਸਕੋਰ ਕੀ ਹੈ ਤੁਹਾਡਾ 6 ਈਚ ਆਸਟ੍ਰੇਲੀਆ 6.5 ਦੱਸਿਆ ਨਾ ਨਾਟ ਲੈਸ ਦੈਨ 6 ਹੋ ਗਿਆ ਨਾ 6 ਈਚ ਦੱਸਿਆ ਹਾਂਜੀ 6.5 ਨਾਟ ਲੈਸ ਦੈਨ 6 ਇਹਨਾਂ ਨੇ ਥੋੜਾ ਜਿਹਾ ਮੈਨੂੰ ਲੱਗਦਾ ਗਲਤ ਦੱਸਿਆ ਜੀ 2017 ਚ ਇਹਨਾਂ ਨੇ ਕਿਹਾ ਪਲੱਸ 2 ਹੋਈ ਹੈ ਹਾਂਜੀ ਔਰ 2000 ਇਹਨਾਂ ਦੀ ਜਦਕਿ GNM 3 ਇਅਰ ਦੀ ਹੁੰਦੀ ਹੈ 3 ਇਅਰ ਦੀ ਹੁੰਦੀ ਹੈ ਦੱਸਣ ਚ ਕਿਧਰੇ ਕੁਝ ਗਲਤੀ ਕਰ ਰਹੇ ਆ ਜੇ ਮੰਨ ਲਓ 2020 ਚ ਹੈ ਜਾਂ 2019 ਚ ਹੈ ਤੇ ਇਹ 2016 ਚ ਫਿਰ ਪਲੱਸ 2 ਹੋਏਗੀ ਪਰ ਇਹ ਉਹਨਾਂ ਨੇ ਇਹ ਸੋਚ ਲੈਣਾ ਨਾ ਵੀ 20 ਦੇ ਵਿੱਚ ਘਰੇ ਬੈਠੇ ਬੈਠੇ ਪਾਸ ਹੋ ਗਏ ਸੀ ਪੇਪਰ ਦੇਣ ਜਾਣਾ ਨੀ ਪਿਆ ਕਰੋਨਾ ਦਾ ਕਰਕੇ ਖੈਰ ਚਲੋ ਕੀ ਆਂਸਰ ਕੀ ਕਰਾਂਗੇ ਮੈਡਮ ਇਹਦੇ ਵਿੱਚ ਇਹ ਅਪਲਾਈ ਕਰ ਸਕਦੇ ਆ ਇਹਨਾਂ ਦਾ ਵੀਜ਼ਾ ਵੀ ਆ ਜਾਏਗਾ ਮੈਡੀਕਲ ਪ੍ਰੋਫੈਸ਼ਨ ਸਪੈਸ਼ਲੀ ਨਰਸਿੰਗ ਵਾਸਤੇ ਵੀਜ਼ੇ ਦੀ ਬਹੁਤ ਈਜ਼ੀ ਹੈ ਜਿਹੜਾ ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ ਬੱਚੇ ਨੇ ਡਿਪਲੋਮਾ ਕੀਤਾ ਹੋਇਆ ਸੀਗਾ
ਮੈਡੀਕਲ ਲੈਬੋਰਟਰੀ ਦਾ ਜਾਂ ਕਿਸੇ ਦਾ ਡਿਪਲੋਮਾ ਕਮਿਊਨਿਟੀ ਵੈਲਫੇਅਰ ਚ ਉਹਦਾ ਡਿਪਲੋਮਾ ਆਇਆ ਤੇ ਨਰਸਿੰਗ ਚ ਤੇ ਆਲਮੋਸਟ ਵੀਜ਼ਾ ਆਉਂਦਾ ਹੀ ਆਉਂਦਾ ਗਰੰਟੀ ਕੋਈ ਵੀ ਨਹੀਂ ਦੇ ਸਕਦਾ ਬਟ ਇਹ ਹੈ ਕਿ ਇਸ ਟਾਈਮ ਵੀਜ਼ਾ ਸਕਸੈਸ ਰੇਟ ਨਰਸਿੰਗ ਦੀ ਬਹੁਤ ਅੱਛੀ ਹੈ ਅਗਲੇ ਦੋ ਤਿੰਨ ਸਾਲ ਅੱਛੀ ਰਹਿਣ ਵਾਲੀ ਹੈ ਠੀਕ ਹੈ ਔਰ ਹੁਣ ਪ੍ਰੋਬਲਮ ਕੀ 6.5 ਕਿਉਂਕਿ ਜ਼ਿਆਦਾਤਰ ਯੂਨੀਵਰਸਿਟੀਆਂ 7 ਈਚ ਮੰਗਦੀਆਂ ਠੀਕ ਹੈ ਇਸ ਕਰਕੇ ਇਹਨਾਂ ਦਾ ਕੁਐਸਚਨ ਸੀਗਾ ਤੇ 6.5 ਚ ਜਾ ਸਕਦੇ ਆ ਨੋ ਡਾਊਟ ਇਹਨਾਂ ਨੂੰ ਥੋੜਾ ਜਿਹਾ ਇੰਗਲਿਸ਼ ਦਾ ਕੋਰਸ ਐਡੀਸ਼ਨਲ ਲੱਗੇਗਾ ਠੀਕ ਹੈ ਜਾਂ ਉੱਥੇ ਜਾ ਕੇ ਕਲੀਅਰ ਕਰ ਸਕਦੇ ਦੋਨੋਂ ਹੀ ਆਪਸ਼ਨ ਹੈ ਠੀਕ ਹੈ ਇੰਗਲਿਸ਼ ਦਾ ਕੋਰਸ ਐਡੀਸ਼ਨਲ ਤੁਸੀਂ ਇੱਥੇ ਐਲੀ ਕੋਰਸ ਦਾ ਜ਼ਿਕਰ ਕਰ ਰਹੇ ਹੋ ਕਿ ਐਲੀ ਕੋਰਸ ਵੀ ਹੈ ਐਲੀ ਕੋਰਸ ਅਲੱਗ ਅਲੱਗ ਹੈ ਅੱਛਾ ਉਹਦਾ ਤਾਂ ਹੀ ਕੁਝ ਲੱਗੇਗਾ ਠੀਕ ਹੈ ਸਾਡੇ ਨੈਕਸਟ ਦਰਸ਼ਕ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕੀ ਜਾਣਕਾਰੀ ਚਾਹੀਦੀ ਹੈ ਜੀ ਹਾਂਜੀ ਮੈਮ ਮੈਂ ਨਰਿੰਦਰ ਗੱਲ ਕਰ ਰਿਹਾ ਜੀ ਕਿੱਥੋਂ ਬੋਲ ਰਹੇ ਨਰਿੰਦਰ ਮੈਮ ਮੈਂ ਬਠਿੰਡੇ ਤੋਂ ਗੱਲ ਕਰ ਰਿਹਾ ਜੀ ਕੀ ਸਵਾਲ ਹੈ ਸਰ ਤੁਹਾਡਾ ਕੈਨੇਡਾ ਸਟੂਡੈਂਟ ਪ੍ਰੋਫਾਈਲ ਕੀ ਹੈ ਜੀ ਠੀਕ ਹੈ ਠੀਕ ਹੈ ਬੈਂਡ ਸਕੋਰ ਕੀ ਹੈ ਓਕੇ ਜੀ ਸਵਾਲ ਕੀ ਹੈ ਤੁਹਾਡਾ ਓਕੇ ਇਨਟੇਕ ਕਿਹੜਾ ਮਿਲੇਗਾ ਠੀਕ ਹੈ ਜੀ ਥੈਂਕ ਯੂ ਨਾਲ ਜੁੜਨ ਦੇ ਲਈ ਸੁਣੋ ਆਪਣਾ ਆਨਸਰ 2021 ਵਿੱਚ ਇਹਨਾਂ ਨੇ 72% ਦੇ ਨਾਲ ਕਲੀਅਰ ਕੀਤਾ ਔਰ ਆਇਲਟਸ ਦੇ 6 ਸੀਚ ਹੈ ਇਹਨਾਂ ਦਾ ਜਿਹੜਾ ਕੁਐਸਚਨ ਹੈ ਕਿ ਮੈਨੂੰ ਇਹ ਜਨਵਰੀ ਇਨਟੇਕ ਮਿਲ ਸਕਦਾ ਹੈ ਕਿ ਨਹੀਂ ਕਾਫੀ ਸਾਰੇ ਕਾਲਜਿਸ ਦਾ ਜਨਵਰੀ ਇਨਟੇਕ ਕਲੋਜ਼ ਹੋ ਗਿਆ ਬਟ ਦੇਅਰ ਆਰ ਸਟਿਲ ਕਾਲਜਿਸ ਜਿਨ੍ਹਾਂ ਦਾ ਹਜੇ ਜਨਵਰੀ ਇਨਟੇਕ ਓਪਨ ਹੈ ਜੇ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਪਰਟੀਕੁਲਰ ਕਾਲਜ ਚ ਜਾਣਾ ਫਿਰ ਹੋ ਸਕਦਾ ਕਿ ਤੁਹਾਨੂੰ ਉਸ ਚੋਇਸ ਦਾ ਨਾਮ ਮਿਲੇ ਲੇਕਿਨ ਇਹ ਹੈ ਕਿ ਹਜੇ ਕਾਲਜ ਦੇ ਵਿੱਚ ਸੀਟਸ ਅਵੇਲੇਬਲ ਹੈ ਜਗ੍ਹਾ ਦੇ ਨਾਲ ਥੋੜਾ ਕੰਪਰੋਮਾਈਜ਼ ਕਰਨਾ ਪੈ ਸਕਦਾ ਬਿਲਕੁਲ ਲੋਕੇਸ਼ਨ ਨੂੰ ਲੈ ਕੇ ਥੋੜਾ ਜਿਹਾ ਸੈਕਰੀਫਾਈਸ ਕਰਨਾ ਪਏਗਾ ਬਟ ਇਹ ਨਹੀਂ ਹੈ ਮੇਰੇ ਖਿਆਲ ਸੈਕਰੀਫਾਈਸ ਕਰਨਾ ਵਧੀਆ ਰਹੇਗਾ ਕਿਉਂਕਿ ਇਹਨਾਂ ਦਾ ਜਿਹੜਾ ਰੀਜਨਲ ਪ੍ਰੋਗਰਾਮ ਮੈਮ ਪਲੀਜ਼ ਹੋਲਡ ਕਰੋ ਹਾਂਜੀ ਹਾਂਜੀ ਮੈਮ ਤੇ ਰੀਜਨਲ ਪ੍ਰੋਗਰਾਮ ਜਿਹੜਾ ਪ੍ਰੋਵਿੰਸਿਸ ਦੇ ਵਿੱਚ ਹੁੰਦਾ ਹੈ ਤੇ ਵੀਜ਼ਾ ਬਲਕਿ ਜ਼ਿਆਦਾ ਬਿਲਕੁਲ ਜੀ ਸਾਡੇ ਨੈਕਸਟ ਦਰਸ਼ਕ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕੀ ਸਵਾਲ ਹੈ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਕੀ ਸਵਾਲ ਹੈ ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਂ ਰਿਤਿਕਾ ਗੱਲ ਕਰ ਰਹੀ ਹਾਂ ਰਿਤਿਕਾ ਕੀ ਸਵਾਲ ਹੈ ਰਿਤਿਕਾ ਜੀ ਐਕਚੁਅਲੀ ਮੈਮ ਮੈਂ 12th ਪਾਸ ਕੀਤੀ ਹੈ ਰੀਸੈਂਟਲੀ ਠੀਕ ਹੈ ਜੀ ਮੇਰੇ 80% ਵੀ ਨਾਨ ਮੈਡੀਕਲ ਠੀਕ ਹੈ ਹਾਂਜੀ ਤੇ ਮੈਂ ਯੂਕੇ ਦਾ ਵੀਜ਼ਾ ਲਵਾਇਆ ਯੂਕੇ ਸਿਟੀ ਮੈਡਮ ਤੁਹਾਡਾ ਬੈਂਡ ਸਕੋਰ ਕੀ ਹੈ ਓਕੇ ਪਲੱਸ ਟੂ ਕਦੋਂ ਕੀਤੀ ਹੈ ਤੁਸੀਂ ਪਲੱਸ ਟੂ ਕਦੋਂ ਕੀਤੀ ਹੈ ਰਿਤਿਕਾ ਓਕੇ ਜੀ ਕਿੱਥੋਂ ਬੋਲ ਰਹੇ ਹੋ ਠੀਕ ਹੈ ਥੈਂਕ ਯੂ ਸਾਡੇ ਨਾਲ ਜੁੜਨ ਦੇ ਲਈ 6.5 ਨੋਟ ਲੈਸ ਦੈਨ 6 ਸਕੋਰ ਦੇ ਨਾਲ ਰਿਤਿਕਾ ਦੀ ਪਹਿਲੀ ਚੋਇਸ ਆਸਟ੍ਰੇਲੀਆ ਦੂਜੀ ਚੋਇਸ ਯੂਕੇ ਕੀ ਕਹੋਗੇ ਨਾਨ ਮੈਡੀਕਲ ਦੀ ਪੜ੍ਹਾਈ ਹੈ ਨਾਨ ਮੈਡੀਕਲ ਨਾਲ ਜੁੜੇ ਜਾ ਸਕਦੇ ਹੈ ਕਿਉਂਕਿ 72% ਓਵਰਆਲ ਇਹ ਬੋਰਡ ਦਾ ਪਤਾ ਨਹੀਂ ਹੈ ਤੇ ਉਹਦੇ ਮੇਨ ਸਬਜੈਕਟ ਜਿਹੜੇ ਹੈ ਕਿਉਂਕਿ ਨਾਨ ਮੈਡੀਕਲ ਦੇ ਸਟੂਡੈਂਟ ਫਿਜ਼ਿਕਸ ਕੈਮਿਸਟਰੀ ਮੈਥ ਬਾਇਓ ਸੋਰੀ ਫਿਜ਼ਿਕਸ ਕੈਮਿਸਟਰੀ ਮੈਥ ਜਿਹੜੇ ਤਿੰਨ ਇਹਨਾਂ ਦੇ ਮੇਨ ਹੈ ਉਹ ਵਿਦ ਇੰਗਲਿਸ਼ ਅਸੀਂ ਦੇਖਾਂਗੇ ਜੇ ਸਾਰਿਆਂ ਦੇ ਵਿੱਚ ਇਹਨਾਂ ਦਾ 60-55 ਮਿਨੀਮਮ ਹੋਇਆ ਤੇ ਓਵਰਆਲ ਇਹ 70% ਮਿਨੀਮਮ ਜਿਹੜਾ ਹੈ ਸਕੋਰ ਦੇ ਵਿੱਚ ਜਾ ਸਕਦੇ ਜੇ ਸਟੇਟ ਬੋਰਡ ਹੈ ਉਹਦੇ ਵਿੱਚ ਵੀ ਆਸਟ੍ਰੇਲੀਆ ਕਿਉਂਕਿ ਰੀਸੈਂਟ ਪਾਸ ਆਊਟ ਹੈ ਇਹਨਾਂ ਦੇ ਕੋਲ ਕੋਈ ਗੈਪ ਨਹੀਂ 5 ਅਗਸਤ ਦੀ ਡੇਟ ਤੁਸੀਂ ਨੋਟ ਕਰਕੇ ਰੱਖਣੀ ਹੈ ਕਾਪੀ ਪੈਨ ਦੇ ਉੱਪਰ ਤੇ ਅਪਾਇੰਟਮੈਂਟ ਲੈਣੀ ਹੈ ਸਾਡੇ ਸ਼ੋਅ ਤੋਂ ਬਾਅਦ ਤੁਸੀਂ ਆਪਣੀ ਸੀਟ ਰਿਜ਼ਰਵ ਕਰਾਉਣੀ ਹੈ ਪਹੁੰਚਣ ਦੀ ਖੇਚਲ ਜ਼ਰੂਰ ਕਰਨੀ ਹੈ ਕਿਉਂਕਿ ਤੁਹਾਨੂੰ ਬਹੁਤ ਲਾਹਾ ਮਿਲਣ ਵਾਲਾ ਹੈ ਇਸ ਸੈਮੀਨਾਰ ਦਾ ਹਿੱਸਾ ਬਣਨ ਤੋਂ ਬਾਅਦ ਨੈਕਸਟ ਕਾਲਰ ਸਾਡੇ ਜੀ ਸਤਿ ਸ੍ਰੀ ਅਕਾਲ ਸੁਣ ਰਹੇ ਹੋ ਜੀ ਥੈਂਕ ਯੂ ਜੀ ਨਾਲ ਜੁੜਨ ਦੇ ਲਈ 5 ਅਗਸਤ ਦੀ ਡੇਟ ਨੂੰ ਜ਼ਰੂਰ ਨੋਟੀਫਾਈ ਕਰਿਓ ਆਪਣੀਆਂ ਸੀਟ ਜ਼ਰੂਰ ਬੁੱਕ ਕਰਵਾਇਓ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ ਕਈ ਵਾਰ ਜੀ ਨੈਕਸਟ ਕਾਲਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕੀ ਸਵਾਲ ਹੈ ਜੀ ਕੀ ਨਾਮ ਹੈ ਕੀ ਜਾਣਕਾਰੀ ਠੀਕ ਹੈ ਜੀ ਹਾਂਜੀ ਮਨਦੀਪ ਜੀ ਬੋਲੋ ਜੀ ਕੀ ਸਵਾਲ ਹੈ ਠੀਕ ਹੈ ਠੀਕ ਹੈ ਜੀ ਸਕੋਰ ਕੀ ਹੈ ਤੁਹਾਡਾ ਪੀ ਟੀ ਆਇਲਸ ਦਾ ਸਵਾਲ ਕੀ ਹੈ ਤੁਹਾਡਾ ਹੁਣ ਇਹ ਦੱਸੋ ਓਕੇ ਸਬਜੈਕਟ ਕੀ ਪੜ੍ਹੇ ਨੇ ਗ੍ਰੈਜੂਏਸ਼ਨ ਚ ਤੁਸੀਂ ਆਰਟਸ ਬੀ ਏ ਕੀਤੀ ਹੈ ਆਸਟ੍ਰੇਲੀਆ ਜਾਂ ਯੂ ਐਸ ਓਕੇ ਜੀ
थैंक यू साडे नाल जुड़न लई मनदीप टीवी स्क्रीन ते अपना जरूर आंसर सुनो तुसी मैडम की कहोगे मैं इन्हां नूं हुणे जिहड़े आर्ट्स वाले बच्चियां वास्ते आस्ट्रेलिया दी ऑप्शन दस्सी सी हॉस्पिटैलिटी मैनेजमेंट दी ठीक है इवन ओ 6 बैंड नॉट लेस देन 5.5 बैंड च अप्लाई कर सकदे आ ठीक है देखो ए कह रहे कि मेरी इलिजिबिलिटी दोनों कंट्रियां दी है तुहाडी वीजा चांसेस केहड़ी कंट्री दे ओ देखने पैंदे आ यूएस दे विच जे कॉन्फिडेंस आ तुहानूं इंग्लिश दे विच कॉन्फिडेंस है यूएस का वीजा मिल ही जाएगा बिलकुल बट जब बोलने च कॉन्फिडेंस नहीं है तो तुसी क्योंकि आस्ट्रेलिया का इंटरव्यू बेस इदा नहीं है जिदा यूएस च हुंदा तो तुसी ओदे विच इस टाइम वीजा सक्सेस रेट ज्यादा चल रहा है यह तुसी आप दे उपर कॉन्फिडेंस रखना है और आप दा जेड़ा तुसी इरादा पक्का करना है तो इस टाइम आस्ट्रेलिया का वीजा बहुत ज्यादा आ रहा है कैनेडा का वीजा तुहानू पता इस टाइम 50-50 चल रहा है हजे कैनेडा का जैन इनटेक ओपन है जेडे भी स्टूडेंट्स अपलाई करना चाहते है और मेन कॉलेज का हुण जनवरी सॉरी मई की कुछ सीटा बची है तो थोड़ी जी प्रॉब्लम बच्चों आ रही है एंड इस टाइम साडा जेड़ा 5th अगस्त नू सेमिनार है ओदे विच जरूर आओ तुसी मैक्सिमम इन्फॉर्मेशन तुहानू सेमिनार च आके मिलेगी बिल्कुल नेक्स्ट कॉलर साडे सत श्री अकाल जी की नाम है की सवाल है जी गगन की सवाल है गगन अबोर तो बोल रहे हो बड़ी दूरों फोन किया है गगन जी बीएड का हले रिजल्ट नहीं आया थोड़ा है ना 2 साल की बीएड सी थी जाना केड़ी कंट्री जानी आस्ट्रेलिया ओके थैंक यू तुसी टीवी स्क्रीन ते अपना आंसर सुनो गगन मैडम ओही गल भी मास्टर्स आला बच्चा पहली गल ते कन्फ्यूज हो जांदा भी कि मैं ओवर क्वालिफाइड ना होवां आयल्स तां कर लैंदा हौसला जा करके पर कंसल्टेंट लब्भना औखा हो जांदा देखो आस्ट्रेलिया दी मैं कुछ अपडेशन तुहानूं दऊंगी बच्चे जाना चाह रहे आस्ट्रेलिया दैट्स गुड मूवमेंट जेहड़े ओवर क्वालिफाइड है मास्टर्स कीती हुई है उन्हां नूं प्रोग्राम बहुत सोच के लेना पेगा क्योंकि इंटेंशन जीटी दा मतलब तुसी पुछ रहे सीगे इंटेंशन जेहड़ी तुहाडी है ओ जेन्युइन होनी चाहीदी उत्थे जाण दे वीजा ऑफिसर कन्विंस्ड होना चाहीदा ओहदे बाद तुहाडे वीजे च प्रॉब्लम नहीं आएगी तुहाडा जेहड़ा कोर्स जेहड़ा मास्टर बाय रिसर्च या मास्टर जेहड़ी लैनी है बहुत अच्छी होनी चाहीदी जेहड़ी तुसी हुण कीती होई है उस तो तुहानू नेक्स्ट जेहड़ी मास्टर दे सब्जेक्ट है उस तो रिलेटेड होन बट एहदे विच तुहाडे एडवांस सब्जेक्ट्स होन जिस तो तुहानू कोई अपने प्रोफाइल च जेहड़ा एड ऑन होएगा ठीक है मतलब जेहड़ी क्वालिफिकेशन लै रहे हो उस तो तुहानू बेनिफिट होना चाहिदा है और उस क्वालिफिकेशन तो तुहानू फर्दर लाइफ च जेहड़ी है तुहानू जॉब्स अच्छी मिलेगी फिर वो वीजा देंगे ए जीटी दा तुहाडा सब तो मेन ही रहिंदा एसओपी तुहाडी बहुत अच्छी होनी चाहिए क्योंकि पिछे ऑब्जेक्शन बहुत आए आस्ट्रेलियन एम्बेसी तो कि जेहड़े स्टूडेंट्स एसओपी बना रहे हो आप नहीं बना रहे हैं कॉपी पेस्ट चल रहा है किसी पेटी वाई आस्ट्रेलिया वाई देश उन्होंने कहता है सारा कुछ छोड़ दो जेहड़ी साडी लेटेस्ट मीटिंग हुई है उन्होंने नाल उन्होंने कहा बिल्कुल छोड़ दो सानू कुछ नहीं चाहिए तुसी अपने कोर्स दे बारे चंगी तरह दसना है और ए कोर्स करके तुसी की करोगे रिसर्च तुहाडी हमेशा वो कहंदे रे रिसर्च बहुत अच्छी होनी चाहिए एंड व्हाई यू विल कम बैक बिल्कुल है ना ए दो तीन चीजां तुसी अच्छी तरह कर लईयां तुहाडी जीटी क्लियर हो गई तुहाडा वीजा कोई नहीं रोक सकता ओवर क्वालिफाइड और एज तो कदी भी किसी वीजे तो कोई मतलब नहीं हुंदा कोई 50 साल का बंदा भी अगे पढ़ सकता अपने नॉलेज नू हर कोई एक्सपेंड कर सकता है बट वो जेन्युइन होना चाहिए बिल्कुल जी 5 अगस्त नू सेमिनार होने जा रहा है जरूर बनना मैडम असि पिछले शो के दौरान चर्चा की थी कि 5 दिन के प्रोसैसिंग टाइम आस्ट्रेलिया वीजे ग्रांट करेगा बहुत जल्दी तो सा इजाजत लैन का वेला हो गया सी उस चीज नज अस थोड़ा जा ब्रीफली डिस्कस कर ली क्योंकि सेम टाइम के उ कई बार बहुत सारे नवे साडे दर्शक साडे नाल जुड़े होंगे ने सो की कहोगे साडे दर्शकों सजेस्ट करो कि डाक्यूमेंट वेरीफिकेशन पहले हो जाएगी एजेंसीज के थ्रू जिद फाइनेंशियल दे मतलब जिदा हुंदा ना कि एक एम्बेसी ने एजेंसी हायर कर ली उस एजेंसी को सारे डॉक्यूमेंट जानगे कुछ अमाउंट लैणगे
ਉਹਦੇ ਬਾਅਦ ਉਹ ਤੁਹਾਡੇ ਕੁਆਲੀਫਿਕੇਸ਼ਨ ਤੁਹਾਡੇ ਫਾਈਨੈਂਸ਼ੀਅਲ ਤੁਹਾਡੇ ਵਰਕ ਐਕਸਪੀਰੀਅੰਸ ਸਾਰੇ ਚੈੱਕ ਕਰਕੇ ਆਪਣੀ ਰਿਪੋਰਟ ਬਣਾ ਦੇਣਗੇ ਅੰਬੈਸੀ ਨੂੰ ਅੰਬੈਸੀ ਨੂੰ ਕਿੱਤਾ ਕਰਾਇਆ ਸਾਰਾ ਕੰਮ ਮਿਲ ਗਿਆ ਜੈਨੂਇਨ ਡਾਕੂਮੈਂਟ ਦੀ ਸਟੈਂਪ ਮਿਲ ਗਈ ਤੇ ਫਿਰ ਉਹਨਾਂ ਦਾ ਕਰਨ ਵਾਲਾ ਕੁਛ ਨਹੀਂ ਰਹਿ ਜਾਏਗਾ ਖਾਲੀ ਇਹ ਰਹੇਗਾ ਕਿ ਇਹ ਸਕੋਰ ਹੈ ਉਹਦਾ ਆਈਲਟਸ ਦਾ ਇਹ ਪਰਸੈਂਟੇਜ ਅਸੀਂ ਵੀਜ਼ਾ ਦੇਣਾ ਜਾਂ ਵੀਜ਼ਾ ਦੇਣਾ ਬਿਲਕੁਲ ਦੇਖੋ ਜੇ ਆਸਟ੍ਰੇਲੀਆ ਨੇ ਆਪਣੇ ਦਰਵਾਜ਼ੇ ਖੋਲੇ ਨੇ ਤਾਂ ਉਹਨੇ ਤਾਂ ਹੀ ਖੋਲੇ ਆ ਕਿਉਂਕਿ ਉਹਨੇ ਵੀਜ਼ਾ ਗ੍ਰਾਂਟ ਕਰਨਾ ਬਟ ਉਹਦੀ ਸਿਰਫ ਇੱਕੋ ਸ਼ਰਤ ਹੈ ਕਿ ਤੁਸੀਂ ਜੈਨੂਇਨ ਸਟੂਡੈਂਟ ਹੋਣੇ ਚਾਹੀਦੇ ਹੋ ਤੁਹਾਡੇ ਕਾਗਜ਼ਾਤ ਜੈਨੂਇਨ ਹੋਣੇ ਚਾਹੀਦੇ ਨੇ ਤੁਹਾਡਾ ਕੰਸਲਟੈਂਟ ਜੈਨੂਇਨ ਹੋਣਾ ਚਾਹੀਦਾ ਇੱਕ ਇੱਕ ਚੀਜ਼ ਤੁਹਾਡੀ ਜੈਨੂਇਨ ਹੋਏਗੀ ਤੁਹਾਡਾ ਮੋਟਿਵ ਕਲੀਅਰ ਹੋਣਾ ਚਾਹੀਦਾ ਵੀ ਤੁਸੀਂ ਉੱਥੇ ਜਾ ਕੇ ਸਟੱਡੀ ਕਰਨੀ ਹੈ ਤੁਹਾਡੇ ਕੋਰਸ ਦੇ ਕੀ ਆਊਟਕਮ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਤੁਸੀਂ ਮੱਦੇਨਜ਼ਰ ਕਲੀਅਰ ਕਰਦੇ ਹੋ ਤਾਂ ਵੀਜ਼ੇ ਦੇ ਹੱਕਦਾਰ ਤੁਸੀਂ ਆਟੋਮੈਟਿਕਲੀ ਬਣ ਜਾਂਦੇ ਹੋ ਸ਼ੁਰੂ ਚ ਦਿਖਾਇਆ ਸੀ ਮਨਦੀਪ ਕੌਰ ਦਾ ਵੀਜ਼ਾ ਇਹ ਵੀ ਲੱਕੀ ਇਹਨੇ ਚਾਂਸ ਲਿਆ ਲੱਕੀਲੀ ਚਾਂਸ ਲਿਆ ਤੂੰ ਕੰਸਲਟੈਂਟ ਵਧੀਆ ਚੁਣ ਲਿਆ ਡਿਪਲੋਮਾ ਤੇ ਸੁਹਾਗਾ ਹੋ ਗਿਆ ਔਰ ਡਿਪਲੋਮੇ ਚ ਫਰਦਰ ਵੀਜ਼ਾ ਜਿਹੜਾ ਔਰ ਉਹ ਵੀ ਮੈਰਿਡ ਲੜਕੀ ਦਾ ਠੀਕ ਹੈ ਤੇ ਡੀ ਟੂ ਡੀ ਪ੍ਰੋਗਰਾਮ ਬਾਰੇ ਕੀ ਸੁਜੈਸਟ ਕਰੋਗੇ ਪ੍ਰਮੋਟ ਹੋਇਆ ਅਬਾਊਟ ਡੀ ਟੂ ਡੀ ਪ੍ਰੋਗਰਾਮ ਪਿਛਲੇ ਕੁਛ ਇੰਟੇਕਸ ਦੇ ਦੌਰਾਨ ਫਰੂਟਫੁਲ ਨੇ ਇਹ ਕੋਰਸ ਇਹ ਪ੍ਰੋਗਰਾਮ ਇਹ ਵੀ ਤਦ ਹੋਏਗਾ ਨਾ ਮੰਨ ਲਓ ਉਹਦਾ ਆਇਲਸ ਸਕੋਰ ਬਹੁਤ ਅੱਛਾ ਪਰਸੈਂਟੇਜ ਕਿਧਰੇ ਘੱਟ ਹੈ ਤੁਹਾਡਾ ਆਇਲਸ ਵੀ ਘੱਟ ਹੈ ਪਰਸੈਂਟੇਜ ਵੀ ਘੱਟ ਹੈ ਔਰ ਤੁਸੀਂ ਖਾਲੀ ਰਿਸਕ ਲੈ ਲਿਆ ਉਹਦੇ ਵਿੱਚ ਦੇਖੋ ਹੁਣ ਅੰਬੈਸੀ ਕੁਝ ਲੀਨੀਅੰਟ ਹੈ ਉਹਨਾਂ ਨੇ ਇੰਨੇ ਹਜ਼ਾਰ ਵੀਜ਼ਾ ਦੇਣੇ ਹੀ ਆ ਫਿਰ ਤੇ ਉਹਦੇ ਵਿੱਚ ਕਾਫੀ ਬੱਚਿਆਂ ਦਾ ਆ ਜਾਏਗਾ ਜਿੱਦਾਂ ਥੋੜੀ ਲੀਨੀਅੰਟ ਹੋਈ ਆ ਉਮੀਦ ਹੈ ਬਟ ਇਹ ਹੈ ਕਿ ਫਿਰ ਵੀ ਇਹ ਕੋਸ਼ਿਸ਼ ਹੈ ਕਿ ਅੱਛੇ ਬੱਚਿਆਂ ਦੇ ਪ੍ਰੋਫਾਈਲ ਜਾਣ ਬਿਲਕੁਲ 50% ਵਾਲੇ ਨਾ ਜਾਣ ਬਿਲਕੁਲ ਬਾਕੀ ਇਹ ਹੈ ਵੀ ਮੌਕੇ ਦਾ ਤੁਸੀਂ ਲਾਹਾ ਚੁੱਕ ਸਕਦੇ ਹੋ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਤੁਸੀਂ ਕਰਵਾ ਸਕਦੇ ਹੋ ਇਹਨਾਂ ਨੰਬਰਸ ਤੋਂ ਬੋਰਡ ਕਾਲ ਕਰਕੇ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਕਾਲ ਨਹੀਂ ਲੱਗ ਰਿਹਾ ਕਤਾਰ ਵਿਅਸਤ ਆ ਰਹੀ ਹੈ ਫੋਟੋ ਖਿੱਚ ਕੇ ਰੱਖੋ ਸਾਡੇ ਸ਼ੋਅ ਤੋਂ ਬਾਅਦ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਲਓ ਜੀ ਨੈਕਸਟ ਕਾਲਰ ਫਿਰ ਤੋਂ ਆ ਗਏ ਨੇ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਕੀ ਸਵਾਲ ਹੈ ਜੀ ਕੀ ਨਾਮ ਹੈ ਕੀ ਜਾਣਕਾਰੀ ਚਾਹੁੰਦੇ ਹੋ ਜੀ ਚਰਨਜੀਤ ਪਠਾਨਕੋਟ ਕੀ ਸਵਾਲ ਹੈ ਚਰਨਜੀਤ ਜੀ ਠੀਕ ਹੈ ਠੀਕ ਹੈ ਕੈਨੇਡਾ ਆਸਟ੍ਰੇਲੀਆ ਗੈਪ ਦੇ ਨਾਲ 6 ਈਚ ਨੇ 4 ਸਾਲ ਹੋ ਗਏ ਕੀ ਕੀਤਾ ਸੀ 4 ਸਾਲ ਪਹਿਲਾਂ ਗ੍ਰੈਜੂਏਸ਼ਨ ਓਕੇ ਜੀ ਗ੍ਰੈਜੂਏਸ਼ਨ ਚ ਕੀ ਕਰ ਰਹੇ ਸੀ ਚਰਨਜੀਤ ਬੀ ਏ ਕਰੀ ਹੈ 72% ਨੰਬਰਾਂ ਨਾਲ ਓਕੇ 6 ਈਚ ਕੈਨੇਡਾ ਜਾਂ ਆਸਟ੍ਰੇਲੀਆ ਓਕੇ ਜੀ ਥੈਂਕ ਯੂ ਚਰਨਜੀਤ ਟੀਵੀ ਸਕਰੀਨ ਤੇ ਆਪਣਾ ਆਨਸਰ ਜ਼ਰੂਰ ਸੁਣੋ ਮੈਡਮ 4 ਸਾਲ ਤੋਂ 6 ਈਚ ਹੈ ਇਹਨਾਂ ਦੇ 4 ਸਾਲ ਇੱਕ ਨਾ ਮੈਨੂੰ ਇੱਕ ਚੀਜ਼ ਤੇ ਕਈ ਵਾਰੀ ਬਹੁਤ ਗੁੱਸਾ ਵੀ ਆਉਂਦਾ ਤੇ ਤਰਸ ਦਾ ਪਾਤਰ ਵੀ ਬਣ ਜਾਂਦੇ ਹਾਂ ਅਸੀਂ ਲੋਕ ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਵੀ ਕਰੋਨਾ ਆਇਆ ਸੀ ਅਸੀਂ ਤਾਂ ਕੁਛ ਨਹੀਂ ਕੀਤਾ ਸਾਡਾ ਗੈਪ ਬਣ ਗਿਆ ਲੋਕਾਂ ਨੇ ਆਪਦੀਆਂ ਡਿਗਰੀਆਂ ਕੰਪਲੀਟ ਕਰ ਲਈਆਂ ਇਨ ਬਿਟਵੀਨ ਲੋਕਾਂ ਨੇ ਬਹੁਤ ਕੁਛ ਕਰ ਲਿਆ ਬਟ ਅਸੀਂ ਇਸ ਬਹਾਨੇ ਤੋਂ ਹੀ ਨਹੀਂ ਉੱਭਰ ਪਾ ਰਹੇ ਹੈਗੇ ਵੀ ਅਸੀਂ ਕੁਛ ਨਹੀਂ ਕੀਤਾ ਜਿਹਨੇ ਬਹਾਨਾ ਬਣਾਉਣਾ ਉਹਦੇ ਵਾਸਤੇ ਅਦਰਵਾਈਜ਼ ਆਨਲਾਈਨ ਬਹੁਤ ਕੋਰਸਿਸ ਚੱਲੇ ਸੀਗੇ ਔਰ ਕਰੋਨਾ ਦੇ ਵਿੱਚ ਆਨਲਾਈਨ ਵਾਲਿਆਂ ਨੇ ਪੈਸਾ ਕਿੰਨਾ ਕਮਾਇਆ ਤੁਹਾਨੂੰ ਵੀ ਪਤਾ ਕੋਰਸਿਸ ਦੇ ਕੇ ਬਿਲਕੁਲ ਅੰਬੈਸੀ ਇਹ ਚਾਹੁੰਦੀ ਹੈ ਕਿ ਤੁਸੀਂ ਆਪਣੀ ਜਿਹੜੀ ਕੁਆਲੀਫਿਕੇਸ਼ਨ ਕਿੱਦਾਂ ਉਹਨੂੰ ਇਨਹਾਂਸ ਕੀਤਾ ਕੁਛ ਨੌਲੇਜ ਗੇਨ ਕੀਤੀ ਕਿ ਨਹੀਂ ਉਹਨੂੰ ਵੀ ਤਾਂ ਜਸਟੀਫਾਈ ਕਰਨਾ ਅੱਛਾ ਹੁਣ ਚਰਨਜੀਤ ਨੂੰ ਦੱਸੋ ਵੀ ਕੈਨੇਡਾ ਜਾਏਗਾ ਕਿ ਆਸਟ੍ਰੇਲੀਆ ਆਸਟ੍ਰੇਲੀਆ ਤਾਂ ਬਿਲਕੁਲ ਨਹੀਂ ਹੋਏਗਾ ਕੈਨੇਡਾ ਫਿਰ ਇਹ ਟਰਾਈ ਕਰ ਸਕਦੇ ਆ ਗੈਪ ਜਸਟੀਫਿਕੇਸ਼ਨ ਦੇ ਕੇ ਕਿਉਂਕਿ ਆਇਲਸ ਬੈਂਡ ਇਹਨਾਂ ਦੇ ਪੂਰੇ ਆ ਪਲੱਸ ਟੂ ਦੀ ਸਾਨੂੰ ਪਰਸੈਂਟੇਜ ਦੇਖਣੀ ਪਏਗੀ ਜੀ ਆਫਿਸ ਬੁਲਾ ਲੈਂਦੇ ਹਾਂ ਚਰਨਜੀਤ ਨੂੰ ਸੋ ਚਰਨਜੀਤ ਆਫਿਸ ਆ ਜਾਇਓ ਇੱਕ ਵਾਰੀ ਅਦਰਵਾਈਜ਼ 5 ਤਰੀਕ ਨੂੰ ਜ਼ਰੂਰ ਪਹੁੰਚੋ ਮੈਡਮ ਥੈਂਕ ਯੂ ਜੀ ਇਨਫੋਰਮੇਸ਼ਨ ਫਿਰ ਜੀ ਕਰਨੇ ਬਹੁਤ ਧੰਨਵਾਦ ਜੀ ਸੋ ਮੈਡਮ ਹੁਣੇ ਹਮੇਸ਼ਾ ਰੁਝੇ ਵਿੱਚ ਸਮਾਂ ਦਿੰਦੇ ਨੇ ਤੁਹਾਡੇ ਸਵਾਲਾਂ ਦੇ ਇਸ ਮੰਚ ਤੇ ਆ ਕੇ ਜਵਾਬ ਦਿੰਦੇ ਨੇ ਔਰ ਕਾਫੀ ਫਰੂਟਫੁਲ ਰਹਿੰਦੇ ਨੇ ਇਹਨਾਂ ਦੇ ਜਵਾਬ ਕਿਉਂਕਿ ਸੱਚ ਦਾ ਸਾਥ ਦਿੰਦੇ ਨੇ ਔਰ ਸੱਚੀਆਂ ਗੱਲਾਂ ਕਰਦੇ ਨੇ ਮਨਦੀਪ ਸੱਚੀਆਂ ਗੱਲਾਂ ਡਾਈਜੈਸਟ ਕਰਨਾ ਮੁਸ਼ਕਲ ਹੁੰਦੀਆਂ ਸੱਚੀ ਹਮੇਸ਼ਾ ਥੋੜੀ ਲੱਗਦੀ ਚੁੱਭਦੀ ਜ਼ਰੂਰ ਹੈ ਪਰ ਸੱਚ ਹੁੰਦੀ ਹੈ ਤੁਹਾਡੇ ਭਵਿੱਖ 'ਚ ਕੰਮ ਆਉਣਗੀਆਂ ਇਹ ਸਾਰੀਆਂ ਚੀਜ਼ਾਂ ਸੋ ਫੋਟੋ ਖਿੱਚ ਕੇ ਰੱਖ ਲਓ ਜੀ ਇਹਨਾਂ ਨੰਬਰਸ ਤੇ ਕਾਲ ਕਰਨੀ ਹੈ ਮੈਨੀ ਕੰਟਰੀਜ਼ ਮਲਟੀ ਕੰਟਰੀਜ਼ ਦਾ ਸੈਮੀਨਾਰ ਆ ਰਿਹਾ 5 ਅਗਸਤ ਨੂੰ ਜ਼ਰੂਰ ਪਹੁੰਚਣਾ ਹੈ 11 ਤੋਂ 4 ਵਜੇ ਤੱਕ ਦਾ ਸਮਾਂ ਆਪਣੀ ਸੀਟ ਰਿਜ਼ਰਵ ਕਰਾਉਣੀ ਹੈ ਇਹਨਾਂ ਨੰਬਰਸ ਉੱਪਰ ਕਾਲ ਕਰਕੇ ਫਿਰ ਤੋਂ ਹਾਜ਼ਰ ਹੋਣੇ ਹਾਂ ਸਵਾਲਾਂ ਦੇ ਜਵਾਬ ਦਿੰਦੇ ਹਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ